ਗੁਰਬਚਨ ਭੁੱਲਰ ਦੀ ਕਹਾਣੀ ਆਪਣਿਆਂ ਵਿੱਚ ਦਾ ਅਗਲਾ ਹਿੱਸਾ। ਉਸ ਦਿਨ ਸੁਖਚਰਨ ਨਾਲ ਵੀ ਤਾਂ ਇਹੋ ਹੋਈ ਸੀ। ਕਾਲਜ ਵੱਲ ਤੁਰਨ ਤੋਂ ਪਹਿਲਾਂ ਅਖਬਾਰ ਖੋਲ੍ਹੀ। ਉਸ 'ਚ ਮੁੱਖ ਖਬਰ ਪਿਛਲੀ ਰਾਤ ਦਿੱਲੀ 'ਚ ਹੋਏ ਇੱਕ ਬੰਬ ਧਮਾਕੇ ਸੰਬੰਧੀ ਸੀ। ਕਈ ਲੋਕ ਮਾਰੇ ਗਏ ਸਨ, ਕਈ ਜ਼ਖਮੀ ਹੋ ਗਏ ਸਨ। ਅਜਿਹੀਆਂ ਘਟਨਾਵਾਂ ਨੂੰ ਪੰਜਾਬ ਦੇ ਅੱਤਵਾਦੀਆਂ ਸਿਰ ਪਾਉਣਾ ਸੌਖਾ ਵੀ ਸੀ ਅਤੇ ਬਹੁਤ ਸਾਰੀਆਂ ਧਿਰਾਂ ਨੂੰ ਵਾਰਾ ਵੀ ਖਾਂਦਾ ਸੀ। ਕਿਸੇ ਪੜਤਾਲ ਦੀ, ਕਿਸੇ ਸਬੂਤ ਦੀ, ਕਿਸੇ ਦਲੀਲ ਦੀ ਕੋਈ ਲੋੜ ਨਹੀਂ ਸੀ ਪੈਂਦੀ। ਇਹ ਘਟਨਾ ਵੀ ਇਸੇ ਲੜੀ ਦੀ ਇੱਕ ਕੜੀ ਬਣਾ ਕੇ ਪੇਸ਼ ਕੀਤੀ ਗਈ ਸੀ। ਪੰਜਾਬੋਂ ਬਾਹਰ ਅਜਿਹੇ ਮੌਕੇ ਘਰੋਂ ਬਾਹਰ ਨਿਕਲਦਿਆਂ ਸਿੱਖਾਂ ਨੂੰ ਇੱਕ ਅਜੀਬ ਪਰੇਸ਼ਾਨੀ ਹੁੰਦੀ ਸੀ। ਅਣਜਾਣੇ ਲੋਕ ਹੋਰ ਨਜ਼ਰਾਂ ਨਾਲ ਵੇਖਦੇ ਸਨ ਅਤੇ ਜਾਣਕਾਰ ਵਿਨਵੀਆਂ ਗੱਲਾਂ ਕਰਦੇ ਸਨ ਅਤੇ ਇਹੋ ਹੀ ਹੋਇਆ। ਸੁਖਚਰਨ ਨੇ ਸਟਾਫ ਰੂਮ 'ਚ ਪੈਰ ਧਰਿਆ ਤਾਂ ਕਾਮਰੇਡ ਕਹਾਉਣ ਵਾਲਾ ਜਗਤ ਰਾਮ ਬੋਲਿਆ, ਯਾਰ ਸੁਖਚਰਨ ਤੁਸੀਂ ਇਹ ਕੀ ਕਰ ਰਹੇ ਹੋ? ਸੁਖਚਰਨ ਨੂੰ ਇੱਕਦਮ ਅੱਗ ਲੱਗ ਗਈ। ਘਰ ਤੋਂ ਕਾਲਜ ਤੱਕ ਉਹਨੂੰ ਜਿਵੇਂ ਇਸ ਘਟਨਾ ਦਾ ਪੂਰਵਾਭਾਸ ਰਿਹਾ ਸੀ। ਸਾਰੇ ਰਾਹ ਉਹਦੇ ਅੰਦਰ ਪਰੇਸ਼ਾਨੀ ਅਤੇ ਗੁੱਸਾ ਬਰੂਦ ਵਾਂਗ ਭਰਦੇ ਰਹੇ ਸਨ। ਜਗਤ ਰਾਮ ਦੇ ਚੰਗਿਆੜੀ ਸੁੱਟਣ ਦੀ ਦੇਰ ਸੀ ਕਿ ਉਹ ਤਾਂ ਬਸ ਪਾਟ ਹੀ ਗਿਆ। ਅਜੇ ਤਾਂ ਗਿਣਤੀ ਉਹਦਾ ਸੌਵਾਂ ਹਿੱਸਾ ਵੀ ਨਹੀਂ ਹੋਈ ਜਿੰਨੇ ਤੁਸੀਂ ਸੜਕਾਂ ਉੱਤੇ ਜਿਉਂਦੇ ਫੂਕੇ ਸੀ। ਕਾਮਰੇਡ ਜਗਤ ਰਾਮ ਦਾ ਰੰਗ ਉੱਡ ਗਿਆ, ਉਹ ਕੱਚਾ ਜਿਹਾ ਹੋ ਕੇ ਥਥਲਾਉਣ ਲੱਗ ਪਿਆ। ਉਹ ਮੈਂ ਫੂਕੇ ਸੀ? ਸੁਖਚਰਨ ਨੇ ਉਸੇ ਰੌਣ 'ਚ ਜਵਾਬ ਦਿੱਤਾ, ਤੇਰਾ ਕੀ ਖਿਆਲ ਹੈ, ਇਹ ਬੰਬ ਦਿੱਲੀ ਜਾ ਕੇ ਮੈਂ ਸੁੱਟ ਕੇ ਆਇਆ? ਜਗਤ ਰਾਮ ਦੇ ਮੂੰਹੋਂ ਕੋਈ ਹੋਰ ਗੱਲ ਨਾ ਨਿਕਲੀ, ਨਿਕਲ ਹੀ ਨਾ ਸਕੀ। ਕਮਰੇ 'ਚ ਸੰਨਾਟਾ ਛਾ ਗਿਆ। ਇੱਕ ਇੱਕ ਕਰਕੇ ਸਭ ਪ੍ਰੋਫੈਸਰ ਸਟਾਫ ਰੂਮਾਂ 'ਚੋਂ ਬਾਹਰ ਨਿਕਲ ਗਏ। ਮਗਰੋਂ ਸੁਖਚਰਨ ਨੂੰ ਅਹਿਸਾਸ ਹੋਇਆ ਉਹਨੂੰ ਜਗਤ ਰਾਮ ਵਾਂਗ ਨੀਵਾਂ ਨਹੀਂ ਸੀ ਉਤਰਨਾ ਚਾਹੀਦਾ। ਇੰਜ ਦੋਵਾਂ 'ਚ ਕੀ ਫਰਕ ਰਹਿ ਗਿਆ? ਪਰ ਫਿਰ ਉਹਨੇ ਸੋਚਿਆ, ਨੀਵੇਂ ਥਾਂ ਖਲੋਤੇ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਹੋਵੇ ਤਾਂ ਨੀਵੇਂ ਤਾਂ ਉਤਰਨਾ ਹੀ ਪੈਂਦਾ। ਇਹੋ ਬੁਰੇ ਸਮੇਂ ਦੀ ਚੰਦਰੀ ਚਾਲ ਹੈ, ਕਿਹਦਾ ਵਸ ਚੱਲਦਾ ਇਸ ਅੱਗੇ? ਇਹ ਘਟਨਾ ਚੇਤੇ ਕਰਕੇ ਸੁਖਚਰਨ ਨੂੰ ਦੇਵਰਾਜ ਦੀ ਅਤੇ ਉਹਦੇ ਨਾਲ ਹੀ ਕੁੰਦਨ ਲਾਲ ਦੀ ਗੱਲ ਓਨੀ ਘਟੀਆ ਨਾ ਜਾਪੀ। ਸਮੇਂ ਦੀਆਂ ਤਾਕਤਾਂ ਨੇ ਹਰ ਕੋਈ ਆਪਣੇ ਢੰਗ ਨਾਲ ਸੋਚਣ ਲਾ ਦਿੱਤਾ ਸੀ। ਜੇ ਦੇਵਰਾਜ ਵਰਗੇ ਹੁਸ਼ਿਆਰ ਬੰਦੇ ਨਾਲ ਮਿਲ ਕੇ ਕੁੰਦਨ ਲਾਲ ਵਰਗਾ ਸਧਾਰਨ ਬੰਦਾ ਵੀ ਇੰਝ ਸੋਚ ਰਿਹਾ ਸੀ ਤਾਂ ਇਸ 'ਚ ਹੈਰਾਨੀ ਦੀ ਗੱਲ ਕਿਹੜੀ ਸੀ? ਪਿਛਲੀਆਂ ਦੋਵਾਂ ਮੁਲਾਕਾਤਾਂ ਮਗਰੋਂ ਸੁਖਚਰਨ ਨੂੰ ਦੇਵਰਾਜ ਤੋਂ ਭੈ ਜਿਹਾ ਆਉਣ ਲੱਗਿਆ। ਕਿਸੇ ਦਿਨ ਗੱਲ ਨੂੰ ਵਧਾਉਂਦਾ ਇਹ ਪਤਾ ਨਹੀਂ ਕਿੱਥੋਂ ਤੱਕ ਲੈ ਜਾਏ। ਕੁੰਦਨ ਲਾਲ ਨੂੰ ਮਿਲਣ ਜਾਂਦਿਆਂ ਵੀ ਝਿਜਕ ਜਿਹੀ ਆਉਣ ਲੱਗੀ। ਉਹਦੀ ਗੱਲ ਸਮਝ 'ਚ ਆਉਂਦੀ ਹੋਣ ਦੇ ਬਾਵਜੂਦ ਇੱਕ ਵਿੱਥ ਜਿਹੀ ਪੈ ਗਈ। ਉਹ ਵੀ ਸ਼ਾਇਦ ਦੇਵਰਾਜ ਵੱਲੋਂ ਉਹਦੇ ਲਈ ਤਿਆਰ ਕੀਤੀ ਗਈ ਵਿਉਂਤ ਦੀ ਸਾਕਾਰਤਾ 'ਚ ਰੁੱਝ ਗਿਆ ਸੀ। ਉਹ ਵੀ ਮਿਲਣ ਨਹੀਂ ਸੀ ਆਇਆ ਅਤੇ ਅੱਜ ਦੇਵਰਾਜ ਤੋਂ ਪਤਾ ਲੱਗਿਆ ਕਿ ਉਹਦਾ ਤਾਂ 2 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਘਰ ਤੋਂ ਫੈਕਟਰੀ ਵੱਲ ਜਾਂਦਿਆਂ ਉਹਦੇ ਸਕੂਲ ਨੂੰ ਇੱਕ ਟਰੱਕ ਧੱਕਾ ਮਾਰ ਗਿਆ ਸੀ। ਸੱਜੀ ਲੱਤ 2 ਥਾਵਾਂ ਤੋਂ ਟੁੱਟ ਗਈ ਸੀ। ਲੱਤ ਨੂੰ ਧੋਂਦਾ ਉਹ ਸੜਕ ਕਿਨਾਰੇ ਜਾ ਬੈਠਾ ਸੀ। ਲੰਘਦੇ ਲੋਕ ਰੁਕਦੇ, ਦੇਖਦੇ, ਇੱਕ ਦੂਜੇ ਤੋਂ ਪੁੱਛਦੇ ਅਤੇ ਤੁਰ ਜਾਂਦੇ। ਉਹਨਾਂ ਨੂੰ ਬਸ ਇੱਕ ਵਾਰ ਘਰ ਪਹੁੰਚਾ ਦੇਣ ਲਈ ਆਖਦਾ, ਪਰ ਲੋਕ ਸ਼ਾਇਦ ਐਕਸੀਡੈਂਟ ਦੇ ਝੰਝਟ 'ਚ ਪੈਣ ਤੋਂ ਡਰਦੇ ਸੀ ਅਤੇ ਉੱਥੇ ਦਾ ਉੱਥੇ ਪੀੜੋ ਪੀੜ ਹੋਇਆ ਬੈਠਾ ਸੀ। ਇੱਕ ਜਣੇ ਨੇ ਤਾਂ ਸਾਈਕਲ ਲਾਂਭੇ ਖੜ੍ਹੀ ਕੀਤੀ। ਪਹਿਲਾਂ ਖਲੋਤਿਆਂ ਤੋਂ ਗੱਲ ਜਾਣ ਕੇ ਬੋਲਿਆ, ਅਰੇ ਇਨ ਪੰਜਾਬੀ ਸੁਸਰੋ ਨੇ ਆ ਕਰ ਤੋਂ ਸ਼ਹਿਰ ਮਾਂ ਭੀੜ ਕਰੀ ਸੈ, ਐਕਸੀਡੈਂਟ ਨਾ ਹੋਮੋ, ਹੋਮੇ ਤੋਂ ਔਰ ਕਿਆ ਹੋਮੇ। ਪਰ ਫਿਰ ਇੱਕ ਕਾਰ ਵਾਲਾ ਜਿਵੇਂ ਇਹੋ ਸਿੱਧ ਕਰਨ ਲਈ ਆਇਆ ਹੋਵੇ ਕਿ ਚੰਗਿਆਈ ਦਾ ਅਜੇ ਪੂਰੀ ਤਰ੍ਹਾਂ ਬੀਨਾਸ ਨਹੀਂ ਹੋਇਆ, ਉਹਨੂੰ ਹਸਪਤਾਲ ਲਿਜਾਣ ਲਈ ਤਿਆਰ ਸੀ। ਪਰ ਕੁੰਦਨ ਲਾਲ ਉਪਰੇ ਬੰਦਿਆਂ ਦੀ ਇਸ ਬੇਨੁਹਾਰੀ ਭੀੜ 'ਚ ਇੰਨਾ ਘਬਰਾ ਗਿਆ ਸੀ ਕਿ ਕਾਰ ਵਾਲੇ ਨੂੰ ਉਹਦਾ ਤਰਲਾ ਤਾਂ ਘਰ ਪਹੁੰਚਦਾ ਕਰ ਦੇਣ ਦਾ ਸੀ ਅਤੇ ਉਹ ਭਲਾ ਪੁਰਸ਼ ਮੈਨੂੰ ਘਰ ਛੱਡ ਗਿਆ, ਇਹ ਸਾਰੇ ਮੈਨੂੰ ਹਸਪਤਾਲ ਲੈ ਭੱਜੇ। ਇਹ ਸਭ ਕੁਝ ਦੁਹਰਾ ਕੇ ਉਹ ਜਿਵੇਂ ਥੱਕ ਗਿਆ ਸੀ। ਹੁਣ ਉਹ ਮੇਰੇ ਸਾਹਮਣੇ ਕੁਰਸੀ ਉੱਤੇ ਨੀਵੀਂ ਪਾਈ ਹੋਈ ਚੁੱਪ ਬੈਠਾ ਸੀ। ਮੈਂ ਉਹਦੇ ਪਿੱਛੇ ਕੰਧ ਨਾਲ ਖੜੀਆਂ ਕੋਠੜੀਆਂ ਵੱਲ ਵੇਖਿਆ। ਹੁਣ ਡਾਕਟਰ ਕੀ ਕਹਿੰਦੇ ਨੇ, ਬਿਨਾਂ ਸਹਾਰਿਓਂ ਤੁਰਨ ਫਿਰਨ 'ਚ ਕਿੰਨਾ ਕੁ ਸਮਾਂ ਲੱਗਣਾ? ਪਿਛਲੇ ਬੁੱਧਵਾਰ ਹਸਪਤਾਲ ਗਏ ਸੀ, ਐਕਸਰੇ ਠੀਕ ਆਇਆ। ਗੋਡਿਓਂ ਹੇਠਾਂ ਹੱਡੀ ਟੁੱਟਣ ਦੀ ਮੁਸ਼ਕਿਲ ਓਨੀ ਨਹੀਂ ਸੀ ਜਿੰਨੀ ਪੱਟ ਟੁੱਟਣ ਨਾਲ ਹੋਈ। ਪਹਿਲਾਂ ਇੱਕ ਕਠੋੜੀ ਛੁੱਟ ਜਾਊ, ਫਿਰ ਦੂਜੀ, ਸਮਾਂ ਤਾਂ ਲੱਗਣਾ ਹੀ ਹੋਇਆ, ਉਹ ਕੁਝ ਹੌਸਲੇ ਨਾਲ ਬੋਲਿਆ। ਪਰ ਫਿਰ ਉਹਨੇ ਗੱਲ ਪਲਟੀ, ਹੁਣ ਜੋ ਸਮਾਂ ਲੰਘਦਾ ਕੀੜੀ ਦੀ ਤੋਰ ਹੈ, ਇਕੱਲੇ ਬੈਠਿਆਂ ਦਿਨ ਹੀ ਨਹੀਂ ਬੀਤਦਾ। ਸ਼ੁਰੂ 'ਚ 2-4 ਗੁਆਂਢੀ ਕੱਦ ਵਾਰ ਪਤਾ ਕਰਨ ਆਏ ਅਤੇ ਦਿਖਾਵਾ ਜਿਹਾ ਕਰਕੇ ਮੁੜ ਗਏ। ਕੋਲ ਬੈਠ ਕੇ ਗੱਲ ਕਰਨੀ ਤਾਂ ਕਿਤੇ ਰਹੀ, ਦੁਬਾਰਾ ਕੋਈ ਦਿਖਾਵਾ ਕਰਨ ਵੀ ਨਹੀਂ ਆਇਆ।
ਉਹਦੀ ਪਤਨੀ ਠੰਡੇ ਦੇ ਗਲਾਸ ਸਟੂਲ ਉੱਤੇ ਰੱਖ ਕੇ ਮੁੜਦਿਆਂ ਬੋਲੀ, ਭਰਾ ਜੀ ਭਗਵਾਨ ਦਾ ਸ਼ੁਕਰ ਹੈ ਬੱਚਤ ਹੋ ਗਈ, ਸਮਝੋ ਕੁਛ ਵੀ ਨਹੀਂ ਵਿਗੜਿਆ। ਸੁਖਚਰਨ ਇੰਨੇ ਸਮੇਂ ਮਗਰੋਂ ਪਤਾ ਲੈਣ ਆਉਣ ਦੀ ਸ਼ਰਮ ਜਿਹੀ ਮਹਿਸੂਸ ਕਰ ਰਿਹਾ ਸੀ। ਬਸ ਪਤਾ ਹੀ ਨਹੀਂ ਲੱਗਿਆ, ਅਸੀਂ ਤਾਂ ਹੁਣ ਨੂੰ 10 ਵਾਰ ਆਉਂਦੇ, ਹੁਣ ਵੀ ਉਸੇ ਦਿਨ ਦੇਵਰਾਜ ਮਿਲ ਗਏ। ਸਾਨੂੰ ਤਾਂ ਕਿਸੇ ਨੂੰ ਖਬਰ ਕਰਨ ਦੀ ਹੋਸ਼ ਹੀ ਨਹੀਂ ਰਹੀ, ਸਭ ਕੁਝ ਉਲਟ ਪੁਲਟ ਹੋ ਗਿਆ, ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਿਆ ਆਉਂਦਾ ਗਿਆ। ਮੈਂ ਤਾਂ ਗੁਰਦੀਪ ਨੂੰ ਵੀ ਨਹੀਂ ਲਿਖ ਸਕਿਆ, ਕੁੰਦਨ ਲਾਲ ਨੇ ਬੇਵਸੀ ਪ੍ਰਗਟਾਈ। ਇੰਨੀ ਔਖ ਵਿੱਚ ਰੰਗ ਰੋਗਨ, ਕਿੱਧਰ ਭੱਜ ਚੱਲਿਆ ਸੀ ਮਕਾਨ? ਦਿਵਾਲੀ ਤੋਂ ਪਹਿਲਾਂ ਦੇ ਰਿਵਾਜ਼ 'ਚ ਤੁਸੀਂ ਇਸ ਹਾਲਤ 'ਚ ਕਿਉਂ ਪੈ ਗਏ? ਦਿਵਾਲੀ ਤੋਂ ਮਗਰੋਂ ਕਰਵਾ ਲੈਂਦੇ ਠੀਕ ਹੋ ਕੇ, ਨਾਲੇ ਮਿਸਤਰੀ ਸਸਤੇ ਅਤੇ ਚੰਗੇ ਮਿਲਦੇ। ਸੁਖਚਰਨ ਨੇ ਕਮਰੇ ਦੀ ਇੱਕ ਕੰਧ ਨਾਲ ਲਾਏ ਹੋਏ ਟਰੰਕਾਂ ਗੱਠੜੀਆਂ ਦੇ ਢੇਰ ਵੱਲ ਅਤੇ ਖਾਲੀ ਵਰਗੇ ਘਰ ਵੱਲ ਦੇਖਦਿਆਂ ਕਿਹਾ, ਇਹ ਸਮਾਨ ਤਾਂ, ਕੁੰਦਨ ਲਾਲ ਗੱਲ ਵਿਚਾਲੇ ਛੱਡ ਕੇ ਬੋਲਿਆ, ਤੁਹਾਨੂੰ ਕਿਹਾ ਤਾਂ ਹੈ ਤੁਸੀਂ ਬੜੇ ਮੌਕੇ ਨਾਲ ਮਿਲਣ ਆ ਗਏ। ਕੀ ਮਤਲਬ? ਸੁਖਚਰਨ ਉਹਦੀ ਬੁਝਾਰਤ ਸਮਝ ਨਹੀਂ ਸੀ ਸਕਿਆ। 11 ਵਜੇ ਟਰੱਕ ਆਉਣਾ, ਸਾਰਾ ਸਮਾਨ ਬੰਨਿਆ ਪਿਆ। ਕੁੰਦਨ ਲਾਲ ਨੇ ਬੁਝਾਰਤ ਦੀ ਇੱਕ ਗੰਢ ਖੋਲ੍ਹੀ, ਕਿਉਂ ਦਿੱਲੀ ਜਾਣ ਵਾਲੀ ਗੱਲ ਦਾ ਕੁਛ ਬਣ ਗਿਆ? ਸੁਖਚਰਨ ਨੇ ਉਹਦੀ ਸਫਲਤਾ ਉੱਤੇ ਖੁਸ਼ੀ ਪ੍ਰਗਟਾਉਣ ਦਾ ਯਤਨ ਕੀਤਾ। ਨਹੀਂ ਭਾਈ ਸਾਹਿਬ, ਇਹੋ ਜਿਹੇ ਕੰਮ ਇੰਨੇ ਸੌਖੇ ਥੋੜ੍ਹਾ ਬਣਦੇ ਨੇ। ਉਹਨੇ ਸਿਰ ਮਾਰਿਆ ਤਾਂ ਕੁੰਦਨ ਲਾਲ ਘਰ ਬਦਲ ਰਿਹਾ ਸੀ। ਦੇਵਰਾਜ ਵਰਗੇ ਬੰਦੇ ਦਾ ਕੁਝ ਸਮੇਂ ਮਗਰੋਂ ਮੁਸੀਬਤ 'ਚ ਫਸੇ ਹੋਏ ਸਕੇ ਭਰਾ ਵੱਲ ਵੀ ਬੇਰੁੱਖ ਹੋ ਜਾਣਾ ਕੋਈ ਅਲੋਕਾਰ ਗੱਲ ਨਹੀਂ ਸੀ। ਵਿਹਲੇ ਬੈਠੇ ਬੰਦੇ ਨੂੰ ਰੋਟੀਆਂ ਕੌਣ ਖਵਾਵੇ, ਅਤੇ ਉਹ ਵੀ ਪਰਿਵਾਰ ਸਮੇਤ? ਹੋ ਸਕਦਾ ਹੈ ਕੁੰਦਨ ਲਾਲ ਦੇ ਨਾਂ ਉੱਤੇ ਲਾਭ ਲੈਣ ਦੀ ਕੋਈ ਵੀ ਵਿਉਂਤ ਉਹਨੇ ਸਵਾਰੇ ਢੰਗ ਨਾਲ ਸਿਰੇ ਨਾ ਚੜ ਰਹੀ ਹੋਵੇ ਜਿੰਨੇ ਨਾਲ ਸੋਚੀ ਗਈ ਸੀ, ਅਤੇ ਇਸ ਨਾਲ ਘਰ 'ਚ ਤਣਾਓ ਤਾਂ ਰਹਿਣਾ ਹੀ ਹੋਇਆ। ਜਠਾਣੀ ਨੂੰ ਦਰਾਣੀ 'ਚ ਨੁਕਸ ਦਿਸਣ ਲੱਗ ਪਏ ਹੋਣਗੇ, ਅਤੇ ਕੁੰਦਨ ਲਾਲ ਦੇ ਇੱਕੋ ਇੱਕ ਬੱਚੇ ਦੀਆਂ ਸਧਾਰਨ ਗੱਲਾਂ ਵੀ ਸਾਰਿਆਂ ਨੂੰ ਸ਼ਰਾਰਤਾਂ ਜਾਪਣ ਲੱਗ ਪਈਆਂ ਹੋਣਗੀਆਂ। ਅਜਿਹੀ ਹਾਲਤ ਵਿੱਚ ਘਰ 'ਚ ਕੁਝ ਤਣਾਓ ਜਿਹਾ ਬਣ ਜਾਣਾ ਕੋਈ ਅਣਹੋਣੀ ਗੱਲ ਨਹੀਂ। ਸੁਖਚਰਨ ਨੇ ਸਾਰੀ ਗੱਲ ਬਹੁਤ ਮਿਣੇ ਤੋਲੇ ਸ਼ਬਦਾਂ 'ਚ ਕਹੀ ਅਤੇ ਪੁੱਛਿਆ, ਕਿੱਥੇ ਕੋ ਲੈ ਲਿਆ ਨਵਾਂ ਮਕਾਨ? ਨਹੀਂ ਨਹੀਂ, ਘਰ 'ਚ ਤਣਾਓ ਵਰਗੀ ਕੋਈ ਗੱਲ ਨਹੀਂ, ਭਰਾ ਜੀ ਨੇ ਤਾਂ ਸਾਡਾ ਬਹੁਤ ਸਾਥ ਦਿੱਤਾ। ਕੁੰਦਨ ਲਾਲ ਨੇ ਗੱਲ ਸਪਸ਼ਟ ਕਰਨੀ ਚਾਹੀ, ਨਵਾਂ ਮਕਾਨ ਲੈਣ ਦੀ ਕੋਈ ਲੋੜ ਨਹੀਂ ਪਈ। ਪਰ ਜੇ ਲੋੜ ਪਵੇ, ਹੁਣ ਤਾਂ ਲੱਗਦਾ ਮੈਨੂੰ ਪੰਜਾਬੀ ਵੇਖ ਕੇ ਕੋਈ ਮਕਾਨ ਹੀ ਕਿਰਾਏ 'ਤੇ ਨਾ ਦੇਵੇ। ਉਹ ਕੱਚੀ ਜੀ ਹਾਸੀ ਹੱਸਿਆ ਅਤੇ ਫਿਰ ਗੰਭੀਰ ਹੋ ਕੇ ਬੋਲਿਆ, ਮੇਰੀਆਂ ਤਾਂ ਕਰਜ਼ੇ ਲਾਇਸੈਂਸ ਪਲਾਟ ਵਗੈਰਾ ਦੀਆਂ ਸਭ ਅਰਜ਼ੀਆਂ ਵੀ ਕਿਸੇ ਸਿਰੇ ਲੱਗਣ ਦੀ ਥਾਂ ਇਸੇ ਪੰਜਾਬੀ ਹਰਿਆਣਵੀ ਦੀ ਘੁੰਮਣ ਘੇਰੀ 'ਚ ਫਸ ਕੇ ਰਹਿ ਗਈਆਂ। ਇਹ ਸਭ ਕੁਛ ਤਾਂ ਹੁਣ ਭੋਗਣਾ ਹੀ ਪੈਣਾ ਹੈ ਕੁੰਦਨ ਲਾਲ, ਇਹ ਸਭ ਕੁਛ ਤਾਂ ਹੁਣ ਭੋਗਣਾ ਹੀ ਪੈਣਾ ਹੈ ਕੁੰਦਨ ਲਾਲ। ਸੁੱਤੇ ਸਿੱਧੀ ਸੁਖਚਰਨ ਦਾ ਠੰਡਾ ਸਾਹ ਨਿਕਲ ਗਿਆ। ਉੱਪਰ ਵਾਲੇ ਦੀ ਵੀ ਇਹੋ ਮਰਜ਼ੀ ਹੈ ਅਤੇ ਹੇਠਾਂ ਵਾਲਿਆਂ ਦੀ ਵੀ ਇਹੋ। ਮੈਂ ਤਾਂ ਸੁਖਚਰਨ ਹੁਣ ਸਭ ਦੁਬਿਧਾ ਛੱਡ ਦਿੱਤੀ। ਕੁੰਦਨ ਲਾਲ ਦੇ ਬੋਲਾਂ 'ਚ ਜਾਨ ਆ ਗਈ, ਭੱਜਣਾ ਕੋਈ ਹੱਲ ਨਹੀਂ, ਬਸ ਹੁਣ ਤਾਂ ਆਪਣੇ ਪਿੰਡ ਆਪਣੇ ਘਰ ਜਾਵਾਂਗੇ। ਭਾਈ ਸਾਹਿਬ ਨੂੰ ਤਾਂ ਇਹਨਾਂ ਉੱਪਰੇ ਲੋਕਾਂ ਦੀ ਆਦਤ ਪੈ ਗਈ ਹੈ, ਪਰ ਸਾਡਾ ਤਾਂ ਇੱਥੇ ਆਪਣੱਤ ਬਿਨਾਂ ਦਮ ਘੁੱਟਦਾ। ਬਗਾਨਿਆਂ 'ਚ ਜਿਉਣ ਨਾਲੋਂ ਤਾਂ ਆਪਣਿਆਂ 'ਚ ਮਰਨਾ ਚੰਗਾ। ਧੰਨਵਾਦ।